ਗੁਰਦਾਸਪੁਰ ਵਿੱਚ ਆਏ ਦਿਨ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਵਾਧਾ। ਗੁਰਦਾਸਪੁਰ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ। ਕੱਲ ਰਾਤੀ ਤਲਵੰਡੀ ਬੁੱਥਨਗੜ੍ਹ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਮੁੱਠਭੇੜ ਵਿੱਚ ਇੱਕ ਵਿਅਕਤੀ ਕੁਲਜੀਤ ਸਿੰਘ ਦੀ ਲੱਤ ਉੱਪਰ ਗੋਲੀ ਲੱਗੀ। ਪੁਲਿਸ ਦਾ ਇੱਕ ਹੀ ਬਿਆਨ, ਜਾਂਚ ਜਾਰੀ ਹੈ, ਦੋਸ਼ੀ ਜਲਦ ਫੜੇ ਜਾਣਗੇ। ਮਸਕਾ ਚਸਕਾ ਟਾਈਮਜ਼ ਦੇ ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਮਾਮਲਾ ਜੀ, ਮੈਂ ਜਾ ਰਿਹਾ ਰਾਤੀ ਤੋਂ ਤਲਵੰਡੀ ਬੁੱਥਨਗੜ੍ਹ ਨੂੰ ਆਪਣੇ ਪਿੰਡ ਨੂੰ। ਅਚਾਨਕ ਅਚਾਨਚਕ ਅਣਪਛਾਤੇ ਵਿਅਕਤੀ ਨੇ ਉਦੋਂ ਇੱਥੇ ਗੱਡੀ ਰੋਕ ਕੇ ਸਾਡੇ ਉੱਤੇ ਫਾਇਰਿੰਗ ਕੀਤੀ ਸੀ, ਜਿਹਦੇ ਵਿੱਚ ਮੇਰਾ ਦੋਸਤ ਆ ਕੁਲਜੀਤ ਸਿੰਘ ਜਿਹੜੀ ਲੱਤ ਕੇ ਗੋਲੀ ਲੱਗੀ। ਆਹ ਰਸਤਾ ਦੇਣ ਹੋਇਆ, ਬਸ ਉਹ ਨਾ ਗੱਡੀ ਰਸਤਾ ਜਾ ਉਹ ਅਸੀਂ ਇੱਧਰੋਂ ਜਾ ਰਹੇ ਸੀ, ਉੱਧਰ ਦੂਜੀ ਸਾਈਡ ਤੋਂ ਆ ਰਹੇ ਸੀ, ਅਤੇ ਬਸ ਅਚਾਨਚੱਕ ਹੀ ਗੱਡੀ 'ਚੋਂ ਨਿਕਲ ਕੇ ਕੁਲਜੀਤ ਸਿੰਘ ਨੇ ਪੁੱਛਿਆ ਵੀ ਕੀ ਗੱਲ ਆ, ਤੁਸੀਂ ਗੱਡੀ ਸਾਈਡ 'ਤੇ ਨਹੀਂ ਕਰਦੇ? ਅਤੇ ਉਹਨਾਂ ਕੋਈ ਜਵਾਬ ਜ਼ਰੂਰ ਨਹੀਂ ਦਿੱਤਾ, ਗਾੜੀ ਪਾਸੇ ਸੀ ਉਹਨਾਂ ਕੱਢ ਕੇ ਫਾਇਰ ਮਾਰੇ, ਉਹਦੇ 'ਤੇ ਇੱਕ ਲੱਤ 'ਤੇ ਵੱਜਿਆ, ਦੇਖੋ ਇੱਕ ਨਹੀਂ ਵੱਜਿਆ। ਰਾਤ ਕਿੰਨੇ ਕੁ ਵਜੇ ਦਾ ਟਾਈਮ ਹੈਗਾ ਜਦੋਂ ਇਹ? ਕੋਈ 10:30 ਵਜੇ ਦਾ ਟਾਈਮ ਹੈਗਾ। ਉਹ ਕਿੱਧਰੋਂ ਆ ਰਹੇ ਸੀ? ਉਹ ਇੱਧਰੋਂ ਇੱਧਰ ਵਾਲੀ ਸਾਈਡ ਤੋਂ ਆ ਰਹੇ, ਤਲਵੰਡੀ ਵਾਲੀ ਸਾਈਡ। ਹਾਂਜੀ, ਆਪਣੇ ਐਸ ਐਚ ਓ ਚਮੜੇ ਚੁੱਬੜ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਰਾਤੀ ਫਾਇਰ ਹੋਇਆ, ਉਹਦੀ ਪੜਤਾਲ ਲਈ ਇੱਥੇ ਆਇਆ ਕੋਈ ਆਪਣੇ ਰਣਜੋਤ ਸਿੰਘ ਨੇ ਪਿੰਡ ਦੇ, ਉਹਨਾਂ ਨੇ ਕੋਈ ਸੂਚਨਾ ਦਿੱਤੀ ਹੈ ਪੂਰੀ ਜੋ ਵੀ ਸਾਹਮਣੇ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ। ਫਾਇਰ ਗੋਲੀ, ਹਾਂ, ਉਹਦੇ ਦੱਸਣ ਮੁਤਾਬਕ ਕੁਲਜੀਤ ਸਿੰਘ ਉਹਦਾ ਦੋਸਤ ਆ, ਉਹਦੀ ਲੱਤ 'ਤੇ ਲੱਗੀ, ਉਹ ਅਸੀਂ ਵੈਰੀਫਾਈ ਕਰਨਾ ਸਾਰਾ ਕੁਛ। ਇਹ ਅੱਗੇ ਇੱਥੇ ਥੋੜ੍ਹੇ ਜਿਹੇ ਅੱਗੇ ਜਾ ਕੇ ਰੋਡ 'ਤੇ ਆ, ਸੂਬਾ ਇੱਥੋਂ ਕ੍ਰੋਸ ਕਰਕੇ। ਕੁਲਜੀਤ ਸਿੰਘ, ਪਿੰਡ ਖਾਨਮਲੱਕ। ਅਸੀਂ ਭਾਅ ਜੀ ਤਲਵੰਡੀ ਖੁੰਡੇ ਤੋਂ ਨਾ ਤਲਵੰਡੀ ਨੂੰ ਜਾਣ ਡਿਆ, ਮੈਂ ਅਤੇ ਨਾਲ ਰਣਜੋਤ ਦੀ ਯਾਰ ਦੋਸਤ ਮੇਰਾ ਮੁੰਡਾ ਤਲਵੰਡੀ ਦਾ ਸਰਪੰਚ ਹੈ। ਅਤੇ ਅੱਗੋਂ ਆਪਾਂ ਜਦੋਂ ਸੂਹਾ ਕਰੋਸ ਕੀਤਾ ਨਾ ਤਲਵੰਡੀ ਤੋਂ ਥੋੜ੍ਹਾ ਜਿਹਾ ਪਹਿਲਾਂ, ਤਾਂ ਅੱਗੋਂ ਇੱਕ ਕਾਰ ਆਈ, ਉਹਨੇ ਡਿੱਪਰ ਮਾਰੀ ਹੈ, ਅਤੇ ਮੈਨੂੰ ਉਹਨੇ ਲਾਗੋਂ ਦੀ ਗੱਡੀ ਕੱਢਣ ਲੱਗੇ ਨੇ ਗਾਲ ਕੱਢੀ, ਕਹਿੰਦਾ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਅਤੇ ਮੈਂ ਗੱਡੀ ਹਿਲਾ ਰਹੀ ਆ, ਉਹ ਵੀ ਗੱਡੀ ਹਿਲਾ ਰਹੀ ਆ, ਉਹਨਾਂ ਹਿਲਾਰਦਿਆਂ ਸਾਰੀ ਫਾਇਰ ਮਾਰਿਆ ਮੇਰੀ ਲੱਤ 'ਚ, ਅਤੇ ਉਹ ਗੱਡੀ ਭਜਾ ਕੇ ਲੈ ਗਏ, ਇਹਨਾਂ ਮੈਨੂੰ ਗੱਡੀ 'ਚ ਪਾ ਕੇ ਅਤੇ ਹਸਪਤਾਲ ਲੈ ਗਏ, ਮਿੰਟੋ ਮਿੰਟ ਉੱਥੇ ਆ ਕੇ ਐਕਸਰੇ ਕਰਾਏ ਅਤੇ ਪੱਟੀਆਂ ਪੁੱਟੀਆਂ 'ਚ ਰਹੀਆਂ, ਲਿਆਉਣ ਤੋਂ ਜਿਹੜਾ ਵਾ ਗੋਲੀ ਚਲਾ ਤੀ। ਕੋਈ ਰੰਜਿਸ਼ ਨਹੀਂ ਅੱਜ, ਕੋਈ ਗੱਲਬਾਤ ਨਹੀਂ ਅੱਜ ਕਿਸੇ ਨਾਲ, ਨਾ ਕੋਈ ਅੱਜ, ਤੁਸੀਂ ਜਿੱਥੇ ਮਰਜ਼ੀ ਪਿੰਡ ਵੀ ਪੁੱਛ ਸਕਦੇ ਹੋ, ਮੇਰੀ ਕਿਸੇ ਨਾਲ ਕੋਈ ਰੰਜਿਸ਼ ਭਾਅ ਜੀ। ਮੇਰਾ ਵੈਸੇ ਬਿਜ਼ਨਸ ਆ ਮਸ਼ੀਨਾਂ ਮਸ਼ੂਨਾਂ ਦਾ, ਜੇਸੀਬੀ ਆ ਮੇਰੇ ਕੋਲ 4-5, ਉਹੀ ਰਾਤ ਦਿਨ ਬਸ ਮੈਂ ਆਉਣਾ ਜਾਣਾ ਹੁੰਦਾ ਆ, ਬਸ ਇਹੀ ਹੋਰ ਕੋਈ ਨਹੀਂ, ਕਿਸੇ ਨਾਲ ਰੰਜਿਸ਼ ਨਹੀਂ।